ਰੇਡ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ਦੇ ਉੱਤੇ ਸ਼ਰਾਬ ਤਸਕਰਾਂ ਨੇ ਹਮਲਾ ਕਰ ਦਿੱਤਾ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਜਦੋਂ ਰੇਡ ਕੀਤੀ ਗਈ ਸੀ ਤਾਂ ਇਲਾਕੇ ਦੇ ਵਿੱਚ ਕਈ ਘਰਾਂ ਦੇ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਸੀ ਅਤੇ ਉਸੇ ਸ਼ਰਾਬ ਬਰਾਮਦਗੀ ਨੂੰ ਲੈ ਕੇ ਸ਼ਰਾਬ ਤਸਕਰਾਂ ਦੇ ਵੱਲੋਂ ਲਗਾਤਾਰ ਖੁੰਦਕ ਰੱਖੀ ਜਾ ਰਹੀ ਸੀ ਅਤੇ ਜਿਵੇਂ ਹੀ ਐਕਸਾਈਜ਼ ਵਿਭਾਗ ਦੀ ਟੀਮ ਦੇ ਜੋ ਮੈਂਬਰ ਸੀ ਉਹ ਜਦੋਂ ਇਲਾਕੇ ਦੇ ਵਿੱਚ ਗਸ਼ਤ ਕਰ ਰਹੇ ਸੀ ਤਾਂ ਅਚਾਨਕ ਹੀ ਉਹਨਾਂ ਦੇ ਉੱਤੇ ਸ਼ਰਾਬ ਤਸਕਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਤਿੰਨ ਗੱਡੀਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਰੀਬ 20 ਹਮਲਾਵਰ ਆਏ ਅਤੇ ਲਗਾਤਾਰ ਆਉਂਦੇ ਹੀ ਲਾਠੀ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਦੇ ਵਿੱਚ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਐਕਸਾਈਜ਼ ਵਿਭਾਗ ਦੀ ਟੀਮ 'ਤੇ ਹਮਲਾ ਹੁਸ਼ਿਆਰਪੁਰ ਦੇ ਵਿੱਚ ਹੋਇਆ ਜਦੋਂ ਇਹਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਸ਼ਰਾਬ ਤਸਕਰਾਂ ਨੇ ਪਿਛਲੀ ਖੁੰਦਕ ਨੂੰ ਰੱਖਦੇ ਹੋਏ ਉਹਨਾਂ ਦੇ ਉੱਤੇ ਹਮਲਾ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਲਾਠੀ ਡੰਡਿਆਂ ਤੋਂ ਇਲਾਵਾ ਤੇਜ਼ ਧਾਰ ਹਥਿਆਰਾਂ ਦੀ ਵੀ ਵਰਤੋਂ ਕੀਤੀ ਅਤੇ 2 ਵਿਅਕਤੀਆਂ ਦੇ ਸਿਰ ਤੱਕ ਪਾੜ ਦਿੱਤੇ ਨੇ, ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਇਸ ਮਾਮਲੇ ਸੰਬੰਧੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਜਿਸ ਗੱਡੀ ਦੇ ਵਿੱਚ ਐਕਸਾਈਜ਼ ਵਿਭਾਗ ਦੇ ਜੋ ਮੈਂਬਰ ਸੀ ਉਹ ਗਸ਼ਤ ਕਰ ਰਹੇ ਸੀ, ਉਸ ਗੱਡੀ ਨੂੰ ਵੀ ਜੋ ਹਮਲਾਵਰ ਸੀ ਉਹਨਾਂ ਦੇ ਵੱਲੋਂ ਤੋੜ ਤੋੜ ਕੇ ਚਕਨਾ ਚੂਰ ਬਣਾ ਦਿੱਤਾ, ਸ਼ੀਸ਼ੇ ਤੱਕ ਉਸਦੇ ਭੰਨ ਦਿੱਤੇ ਗਏ ਨੇ ਅਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦਾ ਬੁਰਾ ਹਾਲ ਕਰ ਦਿੱਤਾ, ਸਾਰੇ ਪਾਸੇ ਕੱਚ ਹੀ ਕੱਚ ਖਿਲਾਰ ਦਿੱਤਾ, ਜੋ ਸ਼ੀਸ਼ੇ ਸੀ ਗੱਡੀ ਦੇ ਉਹ ਭੰਨ ਦਿੱਤੇ ਨੇ ਅਤੇ ਸ਼ਰੇਆਮ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਜੇਕਰ ਹੁਣ ਤੁਸੀਂ ਇਸ ਇਲਾਕੇ ਦੇ ਵਿੱਚ ਰੇਡ ਕੀਤੀ ਤਾਂ ਹਸ਼ਰ ਇਸ ਦੇ ਨਾਲ ਹੋਰ ਵੀ ਅਗਲੀ ਵਾਰ ਬੁਰਾ ਹੋਵੇਗਾ। ਤਾਂ ਅਜਿਹੀਆਂ ਧਮਕੀਆਂ ਜੋ ਨੇ ਉਹ ਐਕਸਾਈਜ਼ ਵਿਭਾਗ ਦੇ ਮੈਂਬਰਾਂ ਨੂੰ ਦਿੱਤੀਆਂ ਗਈਆਂ ਨੇ, ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਸਰ ਮੈਂ ਆਰਟੀ ਇੰਟਰਪ੍ਰਾਈਜ਼ ਵੱਲੋਂ ਰੇਡ ਪਾਲਟੀ ਇੰਚਾਰਜ ਦਾ ਕੰਮ ਕਰਦਾ। ਕੱਲ੍ਹ ਸਾਤੋਂ ਇਨਫੋਰਮੇਸ਼ਨ ਸੀਗੀ ਕਿ ਭਗਤ ਨਗਰ ਪਾਲੋ ਦੇ ਮੁੰਡਿਆਂ ਦੇ ਘਰ ਸ਼ਰਾਬ ਪਈ ਆ। ਅਸੀਂ CIA ਸਟਾਫ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਰੇਡ ਕੀਤੀ ਅਤੇ ਸਾਨੂੰ ਸ਼ਰਾਬ ਬਰਾਮਦ ਹੋ ਗਈ ਅਤੇ ਅਸੀਂ CIA ਸਟਾਫ ਮੁਕੱਦਮਾ ਵੀ ਦਰਜ ਕਰਵਾਇਆ। ਉਹਦੀ ਰੰਜਿਸ਼ ਰੱਖਦਿਆਂ ਇਹਨਾਂ ਨੇ ਅੱਜ ਅਸੀਂ ਜਦੋਂ ਆਪਣੇ ਸਰਕਲ 'ਚ ਗੇੜਾ ਮਾਰਦੇ ਸੀ ਸਾਤੋਂ 2-3 ਦੁਕਾਨਾਂ ਦਾ ਕੈਸ਼ ਵੀ ਸੀਗਾ 60-70 ਹਜ਼ਾਰ ਰੁਪਈਆ ਅਤੇ ਹੋਰ ਵੀ, ਅਤੇ ਇਹਨਾਂ ਨੇ 2 ਗੱਡੀਆਂ ਸਾਡੇ ਹਲਦੋ ਖਾਨਪੁਰ ਸਾਡੇ ਠੇਕੇ ਦੇ ਮੂਹਰੇ ਜਦੋਂ ਆਪਾਂ ਤੀਸਰੇ ਚੌਥੇ ਠੇਕੇ ਦਾ ਕੈਸ਼ ਚੱਕਣ ਲੱਗੇ ਹਾਂ, ਇੱਕ ਗੱਡੀ ਵੋਕਸਵੈਗਨ ਦੀ ਵਿੰਟੋ ਮੂਹਰੇ ਲਿਆ ਕੇ ਲਾ ਦਿੱਤੀ ਅਤੇ ਇੱਕ ਗੱਡੀ ਪਿੱਛੇ ਲਿਆ ਕੇ ਲਾ ਦਿੱਤੀ, ਬਾਕੀ ਐਕਟਿਵਾ 'ਤੇ ਸੀਗੇ। ਇਹ 20-25 ਜਾਣੇ ਸੀ। ਪਿਸਟਲ ਦੀ ਨੋਕ 'ਤੇ ਇਹਨਾਂ ਨੇ ਗੱਡੀ ਦੀ ਪਿਸਟਲ ਦਿਖਾ ਕੇ ਗੱਡੀ ਰਖਵਾਈ, ਬਾਕੀ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ, ਖੰਡੇ ਦਾਤਰ ਮਾਰਨੇ ਸ਼ੁਰੂ ਕਰਤੇ, ਮੇਰੇ ਕਾਫੀ ਸੱਟਾਂ ਲੱਗੀਆਂ, ਖੰਡੇ ਦਾ ਮਾਰੇ ਆ ਅਤੇ ਇੱਟਾਂ ਮਾਰੀਆਂ ਵਾ, ਅਤੇ ਮੇਰੇ ਨਾਲ ਦੇ ਜਿਹੜੇ ਸਾਥੀ ਸੀਗੇ ਮੇਰਾ ਡਰਾਈਵਰ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਅਤੇ ਮੇਰੇ ਤੀਸਰੇ ਬੰਦੇ 'ਤੇ ਵੀ ਕਾਫੀ ਸੱਟਾਂ ਲੱਗੀਆਂ। ਅਤੇ ਕਿੰਨੇ ਤੁਸੀਂ ਕਿੰਨੇ ਬੰਦੇ? ਅਸੀਂ 3 ਬੰਦੇ ਸੀਗੇ, 15-20 ਬੰਦੇ ਤੋਂ ਜ਼ਿਆਦਾ ਹੀ ਸੀਗੇ, ਅਤੇ ਖੰਡੇ ਡੰਡੇ ਬੇਸਬੋਲ ਅਤੇ ਆਪਣੇ ਪਿਸਟਲ ਇਹਨਾਂ ਦੇ ਕੋਲ ਸੀਗੇ। ਅਸੀਂ ਆਪਣੇ ਜਿਹੜੇ ਸਾਡੇ GM ਦਵਿੰਦਰ ਭਾਅ ਜੀ ਉਹਨਾਂ ਨੂੰ ਕਾਲ ਕੀਤੀ ਕਿ ਭਾਅ ਜੀ ਸਾਨੂੰ ਇੱਦਾਂ ਇੱਦਾਂ ਸਾਡੇ ਠੇਕੇ ਸਾਹਮਣੇ ਹੀ ਵਾਰਦਾਤ ਹੋ ਗਈ ਆ। ਵਾਕਿਆ ਕਿੰਨੇ ਕੁ ਵਜੇ ਦਾ ਹੈ ਇਹ? ਵਾਕਿਆ ਕਰੀਬ ਭਾਅ ਜੀ ਟਾਈਮ ਮੇਰੇ ਫੋਨ ਵਿੱਚ ਹੋਣਾ ਜਦੋਂ ਕਾਲ ਕੀਤੀ ਦਾ ਅੰਦਾਜ਼ਾ 12 ਵਜੇ ਦਾ ਹੋਣਾ, 12-12 ਵਜੇ। 3 ਬੰਦੇ ਚੱਲੇ ਜ਼ਿਆਦਾ ਉਹਨਾਂ ਨੇ ਇਹੀ ਕਿਹਾ ਕਿ ਹੁਣ ਤੁਸੀਂ ਰੇਡ ਮਾਰ ਕੇ ਦਿਖਾਓ ਭਗਤ ਨਗਰ ਮੁਹੱਲੇ, ਕਿ ਜਦ ਉੱਥੇ ਅੰਨੀ ਸ਼ਰਾਬ ਵਿਕਦੀ ਆ, ਸਾਰੇ ਹੁਸ਼ਿਆਰਪੁਰ ਨੂੰ ਪਤਾ ਉੱਥੇ ਅੰਨੀ ਸ਼ਰਾਬ ਵਿਕਦੀ ਆ। ਹੁਣ ਕਹਿੰਦਾ ਪਹਿਲੇ ਤੂੰ ਹੁਣ ਰੇਡ ਮਾਰ ਕੇ ਦਿਖਾ ਭਗਤ ਨਗਰ ਦੇ ਵਿੱਚ, ਅਤੇ ਮੇਰੇ ਟਾਰਗੇਟ ਕਰਕੇ ਮੈਨੂੰ ਹੀ ਕਿਹਾ ਕਿ ਅਸਲਾ ਦਿਖਾ ਕੇ ਵੀ ਕਿ ਪਹਿਲੇ ਨੂੰ ਬਾਹਰ ਕੱਢ ਗੱਡੀ ਵਿੱਚੋਂ,
ਤੇ ਮੇਰੇ ਨਾਲਦਿਆਂ ਦੇ ਵੀ ਕਾਫੀ ਸੱਟਾਂ ਮਾਰੀਆਂ ਤੇ ਮੇਰੇ ਵੀ ਕਾਫੀ ਸੱਟਾਂ ਮਾਰੀਆਂ ਇਹਨਾਂ ਨੇ ਤੇ ਨਜਾਇਜ਼ ਸ਼ਰਾਬ ਵੇਚਦੇ ਭਾਜੀ ਕਹਿ ਕੇ ਬ੍ਰਾਂਚ ਕਹਿ ਕੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਕੱਲ ਇਹਨਾਂ ਦੇ ਸ਼ਰਾਬ ਦੀ ਜਦੋਂ ਰੇਡ ਕੀਤੀ ਉਹੀ ਇਹਨਾਂ ਨੇ ਅੱਜ ਖੁੰਦਕ ਕੱਢੀ ਸਾਡੇ ਨਾਲ। ਇਸ ਤਰ੍ਹਾਂ ਤਾਂ ਕੋਈ ਵੀ ਅੱਗੇ ਤੋਂ ਕਾਰੋਬਾਰ ਨਹੀਂ ਲਏਗਾ ਭਾਜੀ ਸ਼ਰਾਬ ਦਾ, ਜੋ ਏਦਾਂ ਧੱਕਾ ਹੋਏਗਾ। ਪ੍ਰਸ਼ਾਸਨ ਦਾ ਕੰਮ ਆ ਇੱਕ ਸਰਕਾਰੀ ਕੰਮ ਆ, ਜੇ ਸਰਕਾਰੀ ਕੰਮ ਦੇ ਵਿੱਚ ਇਸ ਤਰ੍ਹਾਂ ਧੱਕਾ ਹੋਣ ਲੱਗ ਪਿਆ ਤੇ ਆਮ ਬੰਦਾ ਕੀ ਕਰੂਗਾ। ਗੱਡੀ ਵੀ ਤੋੜ ਦਿੱਤੀ ਆਪਣੇ ਵੱਲੋਂ, ਤਾਂ ਸਾਨੂੰ ਮਾਰ ਕੇ ਹੀ ਸੁੱਟ ਗਏ ਸੀਗੇ, ਮਰ ਗਏ ਹੁਣ ਤਿੰਨੇ ਜਾਣੇ। ਚਲੋ ਅਸੀਂ ਚਲੀਏ, ਪਾਲਾ ਦਾ ਦੱਲਾ ਮਰ ਗਿਆ ਹੋਣਾ, ਚਲੋ ਅਸੀਂ ਚਲੀਏ। ਆਪਣੇ ਵੱਲੋਂ ਤਾਂ ਇਹ ਮਾਰ ਕੇ ਸੁੱਟ ਗਏ ਸੀ ਸਾਨੂੰ। ਪੁਲਿਸ ਹੁਣ ਆ ਗਈ ਹੈ, ਹੁਣ ਮੌਕੇ ਤੇ ਪੁਲਿਸ ਆ ਗਈ ਹੈ, ਬਿਆਨ ਲੈ ਲਏ ਆ, ਸਭ ਕੁਛ ਆ ਗਿਆ, ਪੁਲਿਸ ਦੀ ਕਾਰਵਾਈ ਚੱਲ ਰਹੀ ਹੈ। ਜਿਹੜਾ ਠੇਕੇ ਤੇ ਜਿਹੜਾ ਹਮਲਾ ਹੋਇਆ, ਕਿੰਨਾ ਲੋਕਾਂ ਨੇ ਕੀਤਾ ਜਾਂ ਕਿੰਨੇ ਬੰਦੇ ਜ਼ਖਮੀ ਹੋਏ ਸੀ ਜਾਣਕਾਰੀ? ਇੱਕ ਸਾਨੂੰ ਇੱਕ ਹੁਣੀ ਰੀਸੈਂਟਲੀ ਜਿਹੜੇ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀਗੀ ਕਿ ਜਿਹੜੇ ਠੇਕੇਦਾਰ ਦੇ ਰਹਿੰਦੇ ਉਹਨਾਂ ਦੇ ਜਿਹੜੇ ਆ ਮਣੀ ਨਾਮ ਇੱਕ ਨੌਜਵਾਨ ਨੇ ਜਿਹੜਾ ਹਮਲਾ ਕੀਤਾ। ਇਹਦੇ ਸੰਬੰਧ ਵਿੱਚ ਅਸੀਂ ਸਿਵਲ ਹੋਸਪਿਟਲ ਪੁੱਜੇ ਅਤੇ ਡਾਕਟਰ ਦੀ ਸਾਹਿਬ ਦੀ ਜਿਹੜੀ ਐੱਮ ਐੱਲ ਆਰ ਦੀ ਰਿਪੀਟ ਕਰ ਰਹੇ ਜੋ ਬਿਆਨ ਦਰਜ ਕਰਾਉਣੇ ਉਸ ਐਸ ਪਰ ਸਟੇਟਮੈਂਟ ਜਿਹੜਾ ਆ ਜਿਹੜੀ ਮੁਕਦਮਾ ਦਰਜ ਕੀਤਾ ਜਾਵੇ। ਸਰ ਇਹ ਕਿੰਨੇ ਕੁ ਵਜੇ ਦਾ ਵਾਕਿਆ ਅਤੇ ਕਿੰਨੇ ਕੁ ਲੋਕ ਸੀ, ਕਿੰਨੀਆਂ ਕੁ ਗੱਡੀਆਂ ਵਿੱਚ? ਬ੍ਰਦਰ ਇਹ 11-12 ਵਜੇ ਦੀ ਗੱਲ ਆ, ਸਾਨੂੰ ਹੁਣ ਇਨਫੋਰਮੇਸ਼ਨ ਆਈ। ਇਹਦੇ ਸੰਬੰਧ ਵਿੱਚ ਜਦੋਂ ਸਟੇਟਮੈਂਟ ਲਿਖਾਣਗੇ ਫਿਰ ਹੀ ਮੈਂ ਤੁਹਾਨੂੰ ਕਲੀਅਰ ਦੱਸ ਸਕਦਾ। ਅਤੇ ਜ਼ਖਮੀ ਕਿੰਨੇ ਹੋਏ? ਬ੍ਰਦਰ ਮੈਂ ਉਹੀ ਕਹਿ ਰਿਹਾ, ਦੋ ਬੰਦੇ ਜ਼ਖਮੀ ਹੋਏ ਜੀ। ਓਕੇ।